ਆਮ ਆਦਮੀ ਪਾਰਟੀ ਦੇ 2024 ਦੇ ਚੋਣਾਂ ਜਿੱਤਣ ਵਾਸਤੇ ਦੇਖੋ ਦੋਸਤੋ ਕੀ ਕੀ ਹਤਕੰਡੇ ਅਪਣਾਉਂਦੀ ਹੈਗੀ ਸਾਰੇ ਵਿਧਾਇਕਾਂ ਨੂੰ ਅੱਡ ਅੱਡ ਜ਼ਿੰਮੇਵਾਰੀਆਂ ਨੇੜੇ ਸੌਂਪ ਦਿੱਤੀਆਂ ਨਹੀਂ ਹੈ ਤਾਂ ਜੋ ਅਸੀਂ 2024 ਦੇ ਵੀ ਚੋਣਾਂ ਨੂੰ ਜਿੱਤ ਸਕੀਏ ਕਾਲ শিকারੀ ਪ੍ਰਧਾਨ ਨਿਫਤ ਕਰ ਦਿੱਤਾ ਗਿਆ ਸੰਦੀਪ ਪਾਟਕ ਹੋਰਾਂ ਦੇ ਵੱਲੋਂ ਜੋ ਕਿ ਕੌਮੀ ਜਨਰਲ ਸਕੱਤਰ ਨੇ ਇਹ ਟਵੀਟ ਕੀਤਾ ਗਿਆ ਹੁਕਮ ਲਾਏ ਗਏ ਨੇ ਲੈਟਰ ਇਸ਼ੂ ਕੀਤਾ ਗਿਆ ਜਿਸ ਦੇ ਵਿੱਚ ਪ੍ਰਿੰਸੀਪਲ ਬੁੱਧਰਾਮ ਨੂੰ ਆਮ ਆਦਮੀ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹਾਲਾਂਕਿ ਜਰੂਰ ਦੀ ਆਮ ਆਦਮੀ ਪਾਰਟੀ ਇਹ ਬੁੱਧਰਾਮ ਨੇ ਦੋਸਤੋ ਮਾਨਸਾ ਦੇ ਵਿੱਚ ਬਹੁਤ ਮਤਲਬੀ ਕੰਮ ਕਰੇ ਨੇਗੇ ਤੇ ਬਹੁਤ ਪੁਰਾਣਾ ਮਤਲਬੀ ਸਮੇਂ ਤੋਂ ਇਹ ਲੱਗਿਆ ਹੋਇਆ ਹੈਗਾ ਤੇ ਇਹਨੂੰ ਚਲੋ ਬਹੁਤ ਵਧੀਆ ਗੱਲ ਕਰੀਏਗੀ ਇਹਨੂੰ ਜਿਹੜਾ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਮੰਤਰੀ ਦੇ ਕੋਲ ਸਮਾਂ ਨਹੀਂ ਹੁੰਦਾ ਕਈ ਹੋਰ ਬਹੁਤ ਰੁਝਾਨ ਹੁੰਦੇ ਨੇ ਤਾਂ ਇਹ ਸਭ ਨੂੰ ਲੈ ਕੇ ਪਾਰਟੀ ਮਜ਼ਬੂਤ ਨਾ ਹੋ ਪਾਰਟੀ ਜੋ ਹੈ ਕਮਜ਼ੋਰ ਨਾ ਹੋਵੇ ਪਾਰਟੀ ਮਜ਼ਬੂਤ ਹੋਰ ਕਰਨ ਦੇ ਵਾਸਤੇ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਪ੍ਰਿੰਸੀਪਲ ਬੋਧਰਾਮ ਹੋਰਾਂ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ ਤੇ ਇਹਦੇ ਨਾਲ ਚਾਰ ਉਪ ਪ੍ਰਧਾਨ ਵੀ ਲਗਾਏ ਗਏ ਨੇ ਤੇ ਇੱਕ ਜਨਰਲ ਸਕੱਤਰ ਵੀ ਲਗਾਇਆ ਗਿਆ ਜਗਰੂਪ ਸਿੰਘ ਸੇਖਵਾ ਜੋ ਕਿ ਗੁਰਦਾਸਪੁਰ ਹਲਕੇ ਦੇ ਨੇ ਉਧਰਲੇ ਪਾਸੇ ਦੇ ਨੇ ਕਾਨੂੰਨ ਆਨਵ ਵਾਲੇ ਪਾਸੇ ਦੇ ਨੇ ਗੁਰਦਾਸਪੁਰ ਦੇ ਤੇ ਉਹਨਾਂ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ ਉਹਨਾਂ ਨੂੰ ਵੀ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਗਈ ਹੈ ਸੇਵਾ ਸਿੰਘ ਸੇਖਵਾ ਦੇ ਬੇਟੇ ਨੇ ਇਹ ਅਕਾਲੀ ਦਲ ਪਹਿਲਾਂ ਇਹਨਾਂ ਦੇ ਵੱਲੋਂ ਛੱਡਿਆ ਗਿਆ ਤੇ ਉਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨਾਲ ਇਹ ਮਿਲ ਕੇ ਆਏ ਤੇ ਫਿਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਸਾਥ ਛੱਡ ਕੇ ਇਹ ਆਮ ਆਦਮੀ ਪਾਰਟੀ ਦੇ ਵਿੱਚ ਆਏ 2022 ਦੀ ਜਦੋਂ ਵਿਧਾਨ ਸਭਾ ਚੋਣਾਂ ਹੋਣੀਆਂ ਸੀ ਤੇ ਹੁਣ ਪਾਰਟੀ ਦੇ ਵੱਲੋਂ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਜਨਰਲ ਸੈਕਟਰੀ ਲਗਾਇਆ ਗਿਆ ਜਗਰੂਪ ਸਿੰਘ ਸੇਖਵਾ ਹੋਰਾਂ ਨੂੰ ਅੱਗੇ ਗੱਲ ਉਹਨਾਂ ਚਾਰ ਉਪ ਪ੍ਰਧਾਨਾਂ ਦੇ ਵੀ ਕਰ ਲੈਨੇ ਆ ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਸ਼ਹਿਰੀ ਕਲਸੀ ਸ਼ਹਿਰੀ ਕਲਸੀ ਨਾਂ ਨੂੰ ਤੁਸੀਂ ਜਾਣਦੇ ਹੋਵੋਗੇ ਬਟਾਲਾ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਨੌਜਵਾਨ ਚਿਹਰੇ ਨੇ ਖੂਨ ਕਦੇ-ਕਦੇ ਇਹਨਾਂ ਦਾ ਗਰਮ ਹੋ ਜਾਂਦਾ ਹੈ ਵਿਧਾਨ ਸਭਾ ਦੇ ਵਿੱਚ ਵੀ ਪੇਚਾ ਇੱਕ ਦੂਸਰੇ ਦੇ ਨਾਲ ਇਹ ਅਕਸਰ ਫਸਾਉਂਦੇ ਹੋਏ ਦਿਖਾਈ ਦਿੱਤੇ ਨੇ ਮੰਤਰੀਆਂ ਦੇ ਵੀ ਇਹ ਫੇਵਰਿਟ ਨੇ ਤੇ ਇਹਨਾਂ ਨੂੰ ਉਪ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਚਾਰ ਉਪ ਪ੍ਰਧਾਨ ਲਗਾਏ ਨੇ ਉਹਨਾਂ ਚਾਰ ਉਪ ਪ੍ਰਧਾਨਾਂ ਦੇ ਵਿੱਚੋਂ ਇੱਕ ਸ਼ਹਿਰੀ ਕਲਸੀ ਜੋ ਕਿ ਬਟਾਲਾ ਤੋਂ ਐਮ ਐਲ ਏ ਬਣ ਕੇ ਆਏ ਨੇ ਪਹਿਲੀ ਵਾਰ ਐਮ ਐਲ ਏ ਬਣ ਕੇ ਆਏ ਨੇ ਨੌਜਵਾਨ ਐਮ ਐਲ ਏ ਨੇ ਉਸ ਤੋਂ ਬਾਅਦ ਅੱਗੇ ਗੱਲ ਕਰ ਲੈਂਦੇ ਆ ਤਰਨ ਪਰੀਤ ਸਿੰਘ ਸੌਂਡ ਹੋਰਾਂ ਦੀ ਇਹਨਾਂ ਨੂੰ ਵੀ ਪੰਜਾਬ ਸੂਬੇ ਦੀ ਇਕਾਈ ਆਮ ਆਦਮੀ ਪਾਰਟੀ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਤੋਂ ਅੱਗੇ ਗੱਲ ਕਰ ਲੈਂਦੇ ਆ ਦਵਿੰਦਰਜੀਤ ਸਿੰਘ ਲਾਢੀ ਇਹਨਾਂ ਨੂੰ ਯੂਥ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਯੂਥ ਵਿੰਗ ਦਾ ਪ੍ਰਧਾਨ ਜੋ ਆਮ ਆਦਮੀ ਪਾਰਟੀ ਦਾ ਯੂਥ ਵਿੰਗ ਹੈ ਯੂਥ ਇਕਾਈ ਹੈ ਦਵਿੰਦਰਜੀਤ ਸਿੰਘ ਲਾਢੀ ਨੂੰ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅੱਗੇ ਪ੍ਰਧਾਨ ਹੋਰਾਂ ਦੀ ਗੱਲ ਕਰ ਲੈਂਦੇ ਆ ਜਗਦੀਪ ਸਿੰਘ ਕਾਕਾ ਬਰਾੜ ਨੂੰ ਆਮ ਆਦਮੀ ਪਾਰਟੀ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਜਸਵੀਰ ਸਿੰਘ ਰਾਜਾ ਗਿੱਲ ਨੂੰ ਆਮ ਆਦਮੀ ਪਾਰਟੀ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਤਰਨਪੁਰਿਸ ਜੋ ਕਿ ਖੰਨਾ ਤੋਂ ਵਿਧਾਇਕ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਤਾਂ ਇਹ ਸਾਰਿਆਂ ਨੂੰ ਇਹ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਇਹਨਾਂ ਸਾਰਿਆਂ ਨੂੰ ਕਿਹਾ ਕਿ ਭਾਈ ਤੁਸੀਂ ਆਮ ਆਦਮੀ ਪਾਰਟੀ ਦਾ ਧਿਆਨ ਰੱਖਣਾ ਹੈ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਕਰਨਾ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜੜਾ ਮਜ਼ਬੂਤ ਕਰਨੀਆਂ ਨੇ ਚੰਗੀ ਚੰਗੇ ਸਮੇਂ ਤੇ ਪਾਣੀ ਪੋਣਾ ਨਾਲ ਜੜਾ ਨੂੰ ਯਾਨੀ ਕਿ ਲੋਕਾਂ ਦੇ ਕੰਮ ਕਰਵਾਉਣੇ ਨੇ ਲੋਕਾਂ ਦੇ ਕੰਮ ਖੜਨੇ ਨੇ ਚਾਹੀਦੇ ਕਿਉਂਕਿ ਇੱਕ ਪ੍ਰਧਾਨ ਦੀ ਆਪਣੇ ਤੌਰ ਤੇ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪ੍ਰਧਾਨ ਨੇ ਵੇਖਣਾ ਹੁੰਦਾ ਹੈ ਪ੍ਰਧਾਨ ਨੇ ਮੁੱਦੇ ਵੇਖਣੇ ਹੁੰਦੇ ਨੇ ਪ੍ਰਧਾਨ ਨੇ ਪਾਰਟੀ ਦੀਆਂ ਸਮੱਸਿਆਵਾਂ ਸੁਣਨੀਆਂ ਹੁੰਦੀਆਂ ਨੇ ਪ੍ਰਧਾਨ ਨੇ ਲੋਕਾਂ ਦੇ ਮਸਲੇ ਸੁਣਨੇ ਹੁੰਦੇ ਨੇ ਪ੍ਰਧਾਨ ਨੇ ਆਪਣੀ ਪਾਰਟੀ ਦੇ ਬਣੇ ਐਮਐਲਏ ਦੇ ਆਉਂਦੇ ਮਸਲਿਆਂ ਨੂੰ ਵਿਚਾਰਨਾ ਹੁੰਦਾ ਹੈ ਪਾਰਟੀ ਦੇ ਵਿੱਚ ਕਿਤੇ ਬਗਾਵ ਚੈਲੰਜ ਆਮ ਆਦੀ ਪਾਰਟੀ ਦੇ ਲਈ ਰਹੂਗਾ ਸੱਤਾਧਾਰੀ ਪਾਰਟੀ ਹੈ ਸੱਤਾਧਾਰੀ ਪਾਰਟੀ ਦੇ ਉਹਨਾਂ ਜੀ ਲੋਕਾਂ ਨੂੰ ਬੜੀਆਂ ਆਸ ਉਮੀਦਾਂ ਹੁੰਦੀਆਂ ਨੇ ਕਿ ਇਹ ਸ਼ਾਇਦ ਚੰਗੀ ਪਰਫਾਰਮੈਂਸ ਕਰਕੇ ਦਿਖਾਉਣ ਤੇ ਉਸ ਤੋਂ ਬਾਅਦ ਸ਼ਾਇਦ ਇਹਨਾਂ ਨੂੰ ਸੀਟਾਂ ਵੀ ਜ਼ਿਆਦਾ ਮਿਲਣ ਤਾਂ ਤਿਆਰੀ ਅਰੰਭੀ ਜਾ ਚੁੱਕੀ ਹੈ ਇਸ ਤੋਂ ਪਹਿਲਾਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਜਿਵੇਂ ਕਿ ਅਨੰਦਪੁਰ ਸਾਹਿਬ ਦੇ ਵਿੱਚ ਨਿਹੰਗ 올림픽ਸ ਕਰਉਣ ਦੀ ਗੱਲਬਾਤ ਕੀਤੀ ਗਈ ਹੈ ਤਾਂ ਸ਼ਾਇਦ ਉਸ ਸੀਟ ਤੇ ਵੀ ਨਜ਼ਰ ਇਹਨਾਂ ਦੇ ਵੱਲ ਰੱਖੀ ਜਾ ਰਹੀ ਹੈ ਤਾਂ ਤमाम ਆਉਂਦੇ ਸਮੇਂ ਦੇ ਵਿੱਚ ਜੋ ਇਹਨਾਂ ਦੇ ਲਈ ਚੈਲੰਜਸ ਹੋਣ ਵਾਲੇ ਨੇ ਆਮ ਆਦਮੀ ਪਾਰਟੀ ਦੇ ਲਈ ਚਾਹੇ ਉਹ ਚੋਣਾਂ ਦੇ ਰੂਪ ਦੇ ਵਿੱਚ ਹੋਵੇ ਚਾਹੇ ਉਹ ਪਾਰਟੀ ਦੇ ਵਿੱਚ ਸਭ ਕੁਝ ਸੁਖ ਸ਼ਾਂਤੀ ਬਣੀ ਰਹੇ ਉਹਨੂੰ ਲੈ ਕੇ ਪਾਰਟੀ ਦੇ ਵਿੱਚ ਸਾਰਿਆਂ ਦੀ ਸੁਣੀ ਜਾਵੇ ਛੋਟੇ ਛੋਟੇ ਵਰਕਰ ਦੀ ਸੁਣੀ ਜਾਵੇ ਐਮ ਐਲ ਏ ਦੀ ਸੁਣੀ ਜਾਵੇ ਪਾਰਟੀ ਵਰਕਰਾਂ ਦੀ ਸੁਣੀ ਜਾਵੇ ਜਾਂ ਫਿਰ ਜਿਹੜੇ ਤੁਹਾਡੇ ਨਵੇਂ ਕੌਂਸਲਰ ਤੁਸੀਂ ਬਣਾ ਰਹੇ ਹੋ ਨਵੀਆਂ ਨਗਰ ਨਿਗਮ ਦੇ ਵਿੱਚ ਤੁਸੀਂ ਉਹਨਾਂ ਤੇ ਰਣਨੀਤੀ ਤੈਅ ਕਰਨ ਵਾਸਤੇ ਇਹ ਕਾਰਜਕਾਰੀ ਪ੍ਰਧਾਨ ਚਾਰ ਪ੍ਰਧਾਨ ਇੱਕ ਯੂਥ ਵਿੰਗ ਦਾ ਪ੍ਰਧਾਨ ਤੇ ਇੱਕ ਜਨਰਲ ਸੈਕਟਰੀ ਇਹ ਨਿਯੁਕਤ ਕਰ ਦਿੱਤੇ ਗਏ ਨੇ ਸੰਦੀਪ ਪਟਖੋਰਾ ਦੇ ਵੱਲੋਂ ਫਰਮਾਨ ਸੁਣਾ ਦਿੱਤਾ ਗਿਆ ਭਗਵੰਤ ਮਾਨ ਨੇ ਵੀ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਟਵੀਟ ਕਰਕੇ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਚੰਗਾ ਕੰਮ ਕਰੋਗੇ ਲੋਕਾਂ ਦੇ ਮਸਲੇ ਸੁਣੋਗੇ ਲੋਕਾਂ ਦੀਆਂ ਦੁੱਖਤ ਕਲੀਫਾ ਦੂਰ ਕਰੋਗੇ ਤਾਂ ਇਹ ਖੈਰ ਹੋਣ ਵਾਲਾ ਸਮਾਂ ਦੱਸ ਸੀਗਾ ਕਿ ਕਿੰਨੇ ਕੁ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨਗੇ ਜਾਂ ਕਿੰਨੇ ਕੁ ਉਹ ਮਸਲੇ ਸੁਲਝਾਉਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਪਾਰਟੀ ਨੂੰ ਮਜ਼ਬੂਤ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਦਿੱਲੀੋਂ ਕੀਤੀ ਗਈ ਆ ਸੰਦੀਪ ਪਾਟਕ ਖੋਰਾ ਨੇ ਨਵਾਂ ਫਰਮਾਨ ਸੁਣਾਇਆ ਜਿਹੜਾ ਕਿ ਕੌਮੀ ਜਨਰਲ ਸਕੱਤਰ ਨੇ ਬੜਾ ਵੱਡਾ ਉਹਦਾ ਐਨਆਰਏ ਜਿਹੜਾ ਜਲੰਧਰ ਦੀਆਂ ਜ਼ਿਮਨੀ ਚੋਣਾਂ ਵੀ ਹੋਣੀਆਂ ਸੀ ਤਾਂ ਹਰਪਾਲ ਚੀਮਾ ਨੂੰ ਜੋ ਕਿ ਮੌਜੂਦਾ ਖਜ਼ਾਨਾ ਮੰਤਰੀ ਨੇ ਕੈਬਨਿਟ ਦੇ ਵਿੱਚ ਵੱਡਾ ਚਿਹਰਾ ਨੇ ਉਹਨਾਂ ਨੂੰ ਬੜਾ ਸਾਫ਼ ਸਪਸ਼ਟ ਤੌਰ ਤੇ ਕਹਿ ਦਿੱਤਾ ਗਿਆ ਸੀ ਕਿ ਚੀਮਾ ਸਾਹਿਬ ਇਸ ਵਾਰ ਜ਼ਿੰਮੇਵਾਰੀ ਤੁਹਾਡੇ ਤੇ ਆ ਹਾਰ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੋਏਗੀ ਜੇਕਰ ਜਲੰਧਰ ਜ਼ਿਮਨੀ ਚੋਣ ਤੁਸੀਂ ਨਹੀਂ ਜਿਤਾ ਪਾਉਂਗੇ ਤਾਂ ਇਹ ਸਭ ਗੱਲਾਂ ਹੁੰਦੀਆਂ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ ਪਾਰਟੀ ਦੇ ਵਿੱਚ ਅਕਸਰ ਇਹੋ ਜਿਹੀ ਰਣਨੀਤੀਆਂ ਤੈਅ ਕਰਨ ਵਾਸਤੇ ਵ ਵੱਖਰੇ ਵੱਖਰੇ ਸਮੇਂ ਤੇ ਦਿੱਤੇ ਜਾਂਦੇ ਨੇ ਤਾਂ ਇਹ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਖੋ ਦੋਸਤੋ 2024 ਦੀਆਂ ਚੋਣਾਂ ਵਾਸਤੇ ਇਹ ਹੱਥਖੰਡੇ ਅਪਣਾਏ ਜਾ ਰਹੇ ਨੇ ਬਾਕੀ ਤੁਸੀਂ ਦੇਖੋ ਵੀ 2024 ਦੀਆਂ ਚੋਣਾਂ ਦੇ ਵਿੱਚ